ਪਾਲੀ ਦੇ ਦਵਾਜਾ ਸਾਹਿਬ ਉਹ ਤਿਆਰ ਰਹਿਣ ਬਸ ਅੱਧੇ ਘੰਟੇ ਤੋਂ ਬਾਅਦ ਜੋ ਪੀਰ ਭਈਆ ਰਾਣੀ ਉਹ ਪੁੱਤ ਉਹ ਲਾਲ ਕੋਟੀ ਵਾਲੇ ਉਹ ਲਾਲ ਟੀ ਸ਼ਰਟ ਵਾਲਿਆ ਮੁੰਡਿਆ ਉਹ ਸੋਹਣੇ ਜਿਹਾ ਮੁੰਡਿਆ ਇੱਧਰ ਦੇਖ ਮੇਰਾ ਦੇਖ ਰਿਹਾ ਹੈ ਕੁੜੀ ਨੂੰ ਭਈਆ ਨੀ ਬਣਾਉਣ ਲੱਗੇ ਆਪਾਂ ਦੇਖਿਓ ਹੁਣ ਕਿੱਦਾਂ ਬੋਲਦੀ ਆ ਬਣਾ ਦੀਏ ਕਾਲੇ ਜਾ ਕਿੱਦਾਂ ਬਣਾ ਦੇ ਬਣਾ ਦੇ ਸਾਵਰ ਕੋਟੀ ਕਿੱਦਾਂ ਜੱਟ ਭਾਈ ਅੱਜ ਲੱਡੂ ਜਾ ਹੋ ਜਾਂਦਾ ਕਹਿੰਦਾ ਚੱਲ ਤੈਨੂੰ ਪੰਜਾਬ ਲੈ ਕੇ ਚੱਲੀ ਉੱਥੇ ਮੱਕੀ ਨੇ ਰੋਟੀਆਂ ਖਾਇਆ ਕਰੀ ਸਰੋਂ ਦਾ ਸਾਗ ਖਾਇਆ ਕਰੀ ਕਮਲੀ ਐਵੇਂ ਝੋਨਾ ਖਾਈ ਜਾਂਦੀ ਹੈ ਆਪਾਂ ਸ਼ੋਰ ਕਰ ਵੀ ਥੋੜ੍ਹਾ ਗਾਣਾ ਸਮਝ ਲਓ ਆਪ ਹੀ ਭਈਆ ਨੀ ਕਿਵੇਂ ਮੰਗਦੀ ਆ ਤੇ ਕਿਵੇਂ ਮਨਾਉਂਦਾ ਲੋਕ ਇਸ ਤਰ੍ਹਾਂ ਉਹ ਜਦੋਂ ਭੁੱਲੀਆਂ ਵਿੱਚ ਮੁਸਕਾਇਆ ਨੀ ਜੱਟ ਜਿਉਂਦਾ ਹੀ ਮਾਰ ਮੁੱਖਾ ਹੋਇਆ ਨੀ ਸੱਚੀ ਗੱਲ ਤੈਨੂੰ ਦੱਸਦੇ ਆ ਝੂਠ ਨਾ ਧਾਰਾ ਜਾਰੀ ਭਈਆ ਨੀ ਕਿੰਨੇ ਸੋਹਣੇ ਗਾਣੇ ਪੰਜਾਬ ਦੇ ਵਿੱਚ ਮੰਨ ਜਾ ਮੰਨ ਜਾ ਮੰਨ ਜਾ ਓ ਮੰਨ ਜਾ ਅਰੇ ਨਾਨਾ ਓ ਮੰਨ ਜਾ ਝੋਨਾ ਖਾਣੀ ਜਾਂਦਾ ਮੰਨ ਜਾ ਚਲੀਏ ਘਗਰੀ ਤੋਂ ਸਲਵਾਰ ਪਵਾ ਕੇ ਪੂਰੀ ਤੌਰ ਬਣਾ ਖਾਈ ਸਾਗ ਮੱਕੀ ਦੀ ਰੋਟੀ ਨੀ ਬੁਰੀ ਕੁੰਕਲ ਵਰਗੀ ਮੋਟੀ ਨੀ